ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਸ ਵਕਤ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਆ ਪਹੁੰਚੇ ਹਾਂ, ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜ਼ਾਹਰ ਕਰਦਾ ਹੈ। ਉਹ ਸ਼ਰਧਾ ਭਾਵਨਾ ਜ਼ਾਹਰ ਹੁੰਦੀ ਹੈ ਜੋ ਸਵੇਰ ਤੋਂ ਹੀ ਸ਼ਰਧਾਲੂ ਕਰਤਾਰਾਂ ਵਿੱਚ ਲੱਗ ਕੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ। ਤਸਵੀਰਾਂ ਤੁਹਾਡੇ ਤੱਕ ਨਿਊਜ਼ 18 ਪੰਜਾਬ ਦੇ ਰਾਹੀਂ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਆਸਥਾ ਜੋ ਇੱਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਕਦ ਬਾਬਾ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਆਏਗਾ ਅਤੇ ਸੰਗਤ ਨਤਮਸਤਕ ਹੋਣ ਪਹੁੰਚੇਗੀ, ਨਾ ਸਿਰਫ ਗੁਰੂ ਨਗਰੀ ਅੰਮ੍ਰਿਤਸਰ ਤੋਂ, ਨਾਲ ਲੱਗਦੇ ਜ਼ਿਲ੍ਹਿਆਂ ਤੋਂ ਔਰ ਇੱਥੋਂ ਤੱਕ ਕਿ ਨਾਲ ਲੱਗਦੇ ਸੂਬਿਆਂ ਤੋਂ ਵੀ ਸੰਗਤ ਅੱਜ ਦੇ ਇਸ ਪਾਵਨ ਦਿਹਾੜੇ ਮੌਕੇ ਇੱਥੇ ਨਤਮਸਤਕ ਹੋਣ ਪਹੁੰਚੀ ਹੈ। ਇਸ ਮੁਕੱਦਸ ਦਿਨ ਦੇ ਮੌਕੇ ਹਰ ਕੋਈ ਵਾਹਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹੋਇਆ ਵਿਖਾਈ ਦਿੰਦਾ। ਸਭਨਾਂ ਦਾ ਇਹੀ ਕਹਿਣਾ ਕਿ ਅਸੀਂ ਵਾਹਿਗੁਰੂ ਦੇ ਦਰ 'ਤੇ ਸੀਸ ਝੁਕਾਈ ਔਰ ਇਸ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਹਰ ਸਾਲ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਔਰ ਹਰ ਸਭਨਾਂ ਦੇ ਵਿੱਚ ਇੱਕ ਵਿਲੱਖਣ ਜੋ ਸ਼ਰਧਾ ਭਾਵਨਾ ਦੇਖਣ ਨੂੰ ਮਿਲਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਪਰਿਸਰ ਹੈ ਜਿਸ ਨੂੰ ਕਿ ਸਜਾਵਟ ਦੀ ਜੇ ਗੱਲ ਕਰ ਲਈਏ ਤਾਂ ਰੰਗ ਬਿਰੰਗੇ ਫੁੱਲਾਂ ਦੇ ਨਾਲ ਜੋ ਸਜਾਵਟ ਹੈ ਕੀਤੀ ਗਈ ਹੈ, ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਇਆ ਔਰ ਸੰਗਤ ਦਾ ਤਦਾਦ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਜੋ ਸੜਕ ਹੈ ਉੱਥੋਂ ਤੱਕ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ। ਕਈ ਕਈ ਘੰਟਿਆਂ ਦਾ ਇੰਤਜ਼ਾਰ ਕਰਕੇ ਸੰਗਤ ਅੱਜ ਇੱਥੇ ਨਤਮਸਤਕ ਹੋਣ ਪਹੁੰਚੀ ਹੈ ਔਰ ਸਭਨਾਂ ਨੂੰ ਸਿਰਫ ਇੱਕ ਉਡੀਕ, ਇੱਕ ਬੇਸਬਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਸ ਪਾਵਨ ਸਰੂਪ ਦੇ ਦਰਸ਼ਨ ਦੀਦਾਰ ਕਰਨ ਦੀ ਝਲਕ ਦੀ, ਤਾਂ ਸੰਗਤ ਇੱਥੇ ਮੌਜੂਦ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਐਡਾ ਪਾਵਨ ਦਿਹਾੜਾ, ਤੁਸੀਂ ਨਤਮਸਤਕ ਹੋਣ ਪਹੁੰਚੇ, ਕੀ ਮਨੋਕਾਮਨਾ, ਕੀ ਅਰਦਾਸ? ਇਹ ਦੇਖੋ ਜੀ, ਹਰ ਇੱਕ ਨੂੰ ਹੁੰਦਾ ਕਿ ਪਰਮਾਤਮਾ ਦੇ ਦਰਸ਼ਨ ਕਰਨਾ, ਉਹਨਾਂ ਦੀ ਅੰਮ੍ਰਿਤਸਰ ਦੇ ਇਹ ਤਾਂ ਦੇਖੋ ਜੀ, ਮਨ ਦੀ ਖੁਸ਼ੀ ਹਰ ਇੱਕ ਨੂੰ ਹੁੰਦੀ ਆ ਅਤੇ ਦਿਨ ਦਿਹਾੜੇ ਆਉਣਗੇ ਅਤੇ ਖੁਸ਼ੀਆਂ ਦੇ ਅਰਦਾਸ ਕਰਦੇ ਆ ਆਪਣੀ ਖੁਸ਼ੀ, ਹਰ ਇੱਕ ਦੀ ਖੁਸ਼ੀ, ਪਰਮਾਤਮਾ ਹਰ ਇੱਕ ਦੀ ਖੁਸ਼ੀ ਪੂਰੀ ਕਰੇ, ਸਾਡੀ ਵੀ ਖੁਸ਼ੀ ਪੂਰੀ ਕਰੇ, ਤੰਦਰੁਸਤੀ ਦੇਵੇ ਬੱਚਿਆਂ ਦੇ ਵਿੱਚ, ਸਾਨੂੰ ਵੀ ਦੇਵੇ। ਕਹਿ ਸਕਦੇ ਹਾਂ ਕਿ ਠੰਡ ਦੀ ਲਹਿਰ ਜਾਰੀ ਹੈ ਪਰ ਸ਼ਰਧਾ ਭਾਵਨਾ ਦੇ ਕਿੰਨੀ ਝੁੱਕ ਰਹੀ? ਹਾਂ, ਠੰਡ ਦੀ ਭਾਵਨਾ ਤਾਂ ਜਾ ਰਹੀ ਹੈ, ਸੜਕਾਂ 'ਤੇ ਤਾਂ ਜਾਣ ਆਉਣ ਦੀ ਅਖਿਆਈ ਹੋਈ ਹੈ ਧੁੰਦਾ ਕਰਕੇ ਬਹੁਤ ਜ਼ਿਆਦਾ। ਕਿੰਨੀ ਕੁ ਬੇਸਬਰੀ ਹੈ ਕਿ ਬਾਬਾ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਦੀ? ਕਿੰਨੇ ਵਧੀਕ ਅਸੀਂ ਕਰਦੇ ਰਹਿੰਦੇ ਹਾਂ, ਅਸੀਂ ਐਤਵਾਰ ਦੇ 8 ਦਿਨ ਹੀ ਦਿਨੀ ਹਾਜ਼ਰ ਹੁੰਦੇ ਰਹਿੰਦੇ ਹਾਂ, ਮਹੀਨੇ ਪਿੱਛੋਂ ਹੋ ਗਏ, ਠੰਡ ਕਰਕੇ ਰੁਕ ਗਏ ਕੁਛ, ਹਾਂ ਗਰਮੀਆਂ ਚਾਹੀਦੀਆਂ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਸੰਗਤ ਅੱਜ ਇੱਥੇ ਪਹੁੰਚੀ ਹੋਈ ਹੈ, ਅੱਜ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ, ਤੁਸੀਂ ਪਰਿਵਾਰ ਸਮੇਤ ਪਹੁੰਚੇ, ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਨੌਜਵਾਨਾਂ ਨੂੰ ਸੁਨੇਹਾ ਇਹ ਆ ਵੀ ਸਿੱਖੀ ਨਾਲ ਜੁੜੋ, ਸਿੱਖੀ ਦਾ ਫਲਸਫਾ ਵੱਧ ਰਿਹਾ, ਇਹਨੂੰ ਹੋਰ ਫੁਲਫੁਲਤ ਕਰੋ। ਵਾਹਿਗੁਰੂ ਖਾਲਸਾ। ਬਹੁਤ ਵਧੀਆ ਜੀ, ਬਹੁਤ ਵਧੀਆ, ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ, ਬਹੁਤ ਸੰਗਤਾਂ ਦਾ ਜੋਸ਼ ਹੈ ਅੱਜ ਤੇ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਅਸੀਂ ਆਪਣੇ ਸ਼ਹੀਦਾਂ ਦੇ ਜਨਮ ਦਿਹਾੜੇ ਮਨਾਉਂਦੇ ਰਹੀਏ। ਵਾਹਿਗੁਰੂ ਖਾਲਸਾ। ਸਾਰੇ ਸੰਸਾਰ ਦੀ ਸਿੱਖ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਮੈਂ ਦਾਸ ਰਤਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਬੋਲ ਰਿਹਾ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਹੋਏ ਨੇ, ਉਹਨਾਂ ਦੀ ਦੇਣ ਜਿਹੜੀ ਹੈ, ਉਹਨਾਂ ਦੀ ਕੁਰਬਾਨੀ ਅਦੁੱਤੀ, ਲਾਸਾਨੀ ਸ਼ਹਾਦਤ ਜੋ ਹੈ ਉਹ ਦੁਨੀਆ ਦੇ ਵਿੱਚ ਅਨੋਖੀ ਸ਼ਹਾਦਤ ਹੈ। ਸੋ ਉਹਨਾਂ ਦੇ ਲਕਸ਼ੇ ਕਦਮਾਂ 'ਤੇ ਸਾਨੂੰ ਚੱਲ ਕੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਤਿਆਰ ਤਿਆਰ ਹੋ ਕੇ ਚੜ੍ਹਦੀ ਕਲਾ ਸਹਿਤ ਰਹਿਣਾ ਚਾਹੀਦਾ ਹੈਗਾ।
ਸੋ ਸਤਿਗੁਰੂ ਦੀ ਕਿਰਪਾ ਕਰਨ ਸਾਰੀ ਸੰਸਾਰ ਦੀ ਸਿੱਖ ਸੰਗਤ ਜੋ ਵਰਲਡ ਦੀ ਹੈ ਉਹਨਾਂ ਨੂੰ ਆਖਿਰ ਵਿੱਚ ਮੈਂ ਸਾਰਿਆਂ ਨੂੰ ਫਿਰ ਵਧਾਈ ਦਿੰਦਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਵਿਖਾਈ ਦਿੰਦਾ ਔਰ ਇਸ ਪਵਿੱਤਰ ਦਿਹਾੜੇ ਦੇ ਮੌਕੇ ਜਿੱਥੇ ਕੀ ਹੈ ਹੁਣ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਨੇ ਕਿ ਸੰਗਤ ਜਾਂ ਜੋ ਠਾਠਾ ਮਾਰਦਾ ਇਕੱਠ ਸ਼ਰਧਾ ਭਾਵਨਾ ਆਪਣੀ ਸਤਿਕਾਰ ਜ਼ਾਹਰ ਕਰਦਾ ਵਿਖਾਈ ਦਿੰਦਾ। ਪਰ ਉੱਥੇ ਹੀ ਸ਼ਾਮ ਦੇ ਸਮੇਂ ਦੀ ਗੱਲ ਕਰ ਲਈਏ ਤਾਂ SGPC ਦੇ ਵੱਲੋਂ ਜੋ ਪ੍ਰਬੰਧ ਕੀਤੇ ਗਏ ਇੱਥੇ ਸ਼ਾਮ ਦੇ ਸਮੇਂ ਜੋ ਆਤਿਸ਼ਬਾਜ਼ੀ ਹੈ ਉਹ ਵੀ ਦੇਖਣ ਨੂੰ ਮਿਲੇਗੀ ਅਤੇ ਨਾਲ ਹੀ ਜੋ ਸੰਗਤ ਦੇ ਵੱਲੋਂ ਇੱਥੇ ਜੋ ਲੰਗਰ ਆਦਿ ਦੇ ਪ੍ਰਬੰਧ ਹੈ ਉਹ ਵੀ ਕੀਤੇ ਗਏ ਅਤੇ ਦੂਰੋਂ ਦੂਰੋਂ ਸੰਗਤ ਅੱਜ ਦੇ ਦਿਨ ਇੱਥੇ ਨਤਮਸਤਕ ਹੋਣ ਪਹੁੰਚੀ ਹੈ, ਵਾਹਿਗੁਰੂ ਚਰਨਾਂ 'ਚ ਸੀਸ ਝੁਕਾਉਣ ਪਹੁੰਚੀ ਹੈ ਕਿ ਪਰਿਵਾਰ ਅਤੇ ਉਹਨਾਂ ਦੀ ਸੁੱਖ ਸ਼ਾਂਤੀ ਬਣੀ ਰਹੇ ਅਤੇ ਵਾਹਿਗੁਰੂ ਦੀ ਕਿਰਪਾ ਸਦਾ ਉਹਨਾਂ ਦੇ ਪਰਿਵਾਰ 'ਤੇ ਬਣੀ ਰਹੇ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਦੇ ਪਾਵਨ ਫਰਮਾਨ ਹਨ, ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਦਰ ਆਇਆ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਐਸੇ ਸੰਤ ਮਹਾਂਬਲੀ ਯੋਧੇ ਕਹਿਣੀ ਕਰਨੀ ਦੇ ਪੂਰੇ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਪੂਰੇ ਵਿਸ਼ਵ ਭਰ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿਨ੍ਹਾਂ ਸਥਾਨਾਂ ਉੱਪਰ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਸ਼ਹੀਦੀ ਤੋਂ ਉਪਰੰਤ ਅੰਤਮ ਸੰਸਕਾਰ ਕੀਤਾ ਗਿਆ, ਉਹਨਾਂ ਸਥਾਨਾਂ ਉੱਪਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਹੀ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਔਰ ਅੱਜ ਵੀ ਬਾਬਾ ਜੀ ਦਾ ਜਨਮ ਦਿਹਾੜਾ ਪਾਵਨ ਸਥਾਨਾਂ 'ਤੇ ਮਨਾਇਆ ਜਾ ਰਿਹਾ ਜੀ। ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਪਰਸੋਂ ਦੇ ਰੋਜ਼ ਤੋਂ ਪਾਵਨ ਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਕੱਲ੍ਹ ਦੇ ਰੋਜ਼ ਯਾਨੀ ਕਿ 26 ਜਨਵਰੀ ਵਾਲੇ ਦਿਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਂ ਦੀ ਯੋਗ ਅਗਵਾਈ ਵਿੱਚ ਪ੍ਰਾਰੰਭ ਹੋ ਕਰਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਿਆਂ ਹੋਇਆਂ ਸ਼ਾਮ ਸਮੇਂ ਰਾਤ 10 ਵਜੇ ਕਰੀਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਹੋਈ ਸੀ ਔਰ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਹੀ ਜਿਹੜੀਆਂ ਅੰਮ੍ਰਿਤ ਭਲਾਖੀ ਸੰਗਤਾਂ ਹਨ, ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਪਰ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਮਨ ਕਰਦੇ ਹੋਏ ਗੁਰੂ ਵਾਲੇ ਬੰਨ ਦਾ ਜਿਹੜਾ ਮਨ ਬਣਾਇਆ ਹੈ ਉਹਨਾਂ ਸੰਗਤਾਂ ਵਾਸਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਜ ਪਿਆਰੇ ਸਾਹਿਬਾਨ ਪਹੁੰਚ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਹੋ ਰਿਹਾ ਹੈ। ਉੱਥੇ ਵੀ ਅੰਮ੍ਰਿਤ ਭਲਾਖੀ ਸੰਗਤਾਂ ਜਿਹੜੀਆਂ ਹਨ ਗੁਰੂ ਵਾਲੇ ਗੁਰੂ ਦੇ ਜਹਾਜ਼ ਵਿੱਚ ਚੜ੍ਹਨ ਦਾ ਅੱਜ ਯਤਨ ਕਰਨਗੇ, ਗੁਰੂ ਸਾਹਿਬ ਜੀ ਦੇ ਜਹਾਜ਼ ਦੇ ਵਿੱਚ ਸਵਾਰ ਹੋਣਗੇ। ਧਰਮ ਪ੍ਰਚਾਰ ਕਮੇਟੀ ਵੱਲੋਂ ਅੰਮ੍ਰਿਤ ਭਲਾਖੀ ਜਿਹੜੀਆਂ ਸੰਗਤਾਂ ਹਨ ਉਹਨਾਂ ਨੂੰ ਜਿਹੜੇ ਕਕਾਰ ਹਨ ਪਿਟਾਰਿਆ ਦਿੱਤੇ ਜਾਣੇ ਹਨ। ਅੱਜ ਸਵੇਰ ਵੇਲੇ 8:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈ ਚੁੱਕੇ ਹਨ ਔਰ ਇਸ ਟਾਈਮ ਖੁੱਲ੍ਹੇ ਪੰਡਾਲਾਂ ਦੇ ਅੰਦਰ ਸੁੰਦਰ ਦੀਵਾਨ ਸਜੇ ਹੋਏ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰੂ ਘਰ ਕੇ ਰਾਗੀ ਢਾਡੀ ਕੁਸ਼ਰ ਸਾਹਿਬਾਨ ਸਿੰਘ ਸਾਹਿਬਾਨ ਗੁਰੂ ਘਰ ਦੀਆਂ ਸੰਗਤਾਂ ਨੂੰ ਗੋਰੇ ਇਤਿਹਾਸ ਅਤੇ ਬਾਬਾ ਜੀ ਦੀ ਜੀਵਨੀ ਦੇ ਨਾਲ ਜੋੜ ਰਹੇ ਹਨ। ਅੱਜ ਰਾਤ ਕਰੀਬ 12:30 ਵਜੇ ਤੱਕ ਜਿਹੜੇ ਸਮਾਗਮ ਚੱਲਣੇ ਹਨ, ਆਉਣ ਵਾਲੇ ਜੇ ਜਿਹੜਾ ਸਮਾਂ ਇਸ ਸਮੇਂ ਦੇ ਦੌਰਾਨ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਵੀ ਹਾਜ਼ਰੀ ਭਰ ਕੇ ਗਏ ਹਨ ਔਰ ਫਿਰ ਦੁਬਾਰਾ ਸ਼ਾਮ ਦੇ ਜਿਹੜੇ ਸਮਾਗਮ ਉਹਨਾਂ ਵਿੱਚ ਵੀ ਆਉਣਗੇ ਔਰ ਹੋਰ ਜਿਹੜੀਆਂ ਪੰਥ ਦੀਆਂ ਪ੍ਰਸਿੱਧ ਸ਼ਕਤੀਆਂ ਤਾਂ ਹਨ ਗੁਰੂ ਘਰ ਦੀਆਂ ਸੰਗਤਾਂ ਦੇ ਦਰਸ਼ਨ ਕਰਨਗੇ ਜੀ।